ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ। ਦੋਸਤੋ, ਆਪਣੀ ਅੱਜ ਦੀ ਜਿਹੜੀ ਵੀਡੀਓ ਦਾ ਵਿਸ਼ਾ ਉਹ ਹੈਗਾ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਜਿਹੜੀ ਫਾਈਨਲ ਮੈਰਿਟ ਲਿਸਟ ਆਉਣੀ ਆ ਦੋਸਤੋ, ਉਹਦੇ ਬਾਰੇ ਦੋਸਤੋ ਇਹਦੇ ਸੰਬੰਧ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜੇ ਆਪਣੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਭਰਤੀ ਨੂੰ ਲੈ ਕੇ, ਨਵੀਆਂ ਭਰਤੀਆਂ ਨੂੰ ਲੈ ਕੇ ਅਸੀਂ ਨਵੀਆਂ ਵੀਡੀਓਜ਼ ਨੇ ਜੋ ਵੀ ਇਨਫੋਰਮੇਟਿਵ ਲੈ ਕੇ ਆਉਂਦੇ ਰਹਿੰਦੇ ਹਾਂ ਦੋਸਤੋ। ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੇ ਫਿਜ਼ੀਕਲ ਨੇ ਪੰਜਾਬ ਪੁਲਿਸ ਕਾਂਸਟੇਬਲ ਦੇ ਉਹ ਕੰਪਲੀਟ ਹੋ ਚੁੱਕੇ ਨੇ, ਅਤੇ ਇਸ ਤੋਂ ਬਾਅਦ ਮੈਰਿਟ ਲਿਸਟ ਤਿਆਰ ਕੀਤੀ ਜਾਊਗੀ ਜਿਹਦੇ ਥਰੂ ਬੱਚਿਆਂ ਦੇ ਮੈਡੀਕਲ ਕਰਾਏ ਜਾਣਗੇ ਅਤੇ ਅੱਗੇ ਪੰਜਾਬ ਪੁਲਿਸ ਕਾਂਸਟੇਬਲ ਵਾਸਤੇ ਸਿਲੈਕਸ਼ਨ ਆ ਜਿਹੜੀ ਉਹ ਹੋਊਗੀ। ਦੋਸਤੋ ਹੁਣ ਜਿਹੜੀ ਮੇਨ ਗੱਲ ਆ ਗਈ, ਬੱਚਿਆਂ ਦੇ ਬਹੁਤ ਜ਼ਿਆਦਾ ਕਮੈਂਟਸ ਆ ਰਹੇ ਨੇਗੇ ਇਹੀ ਗੱਲ ਨੂੰ ਲੈ ਕੇ ਵੀ ਸਰ ਜੀ ਮੇਰੇ 79 ਨੇ, ਮੇਰੇ 80 ਨੇ, ਮੇਰੇ 85 ਨੇ, ਮੇਰੀ ਸਿਲੈਕਸ਼ਨ ਹੋ ਜੂਗੀ ਜਾਂ ਕੀ ਗੱਲਬਾਤ ਆ, ਕੀ ਪ੍ਰੋਸੀਜਰ ਆ? ਦੋਸਤੋ ਦੇਖੋ, ਇਹਦੇ ਬਾਰੇ ਸਾਨੂੰ ਕੋਈ ਅਫੀਸ਼ੀਅਲ ਜਾਣਕਾਰੀ ਨਹੀਂ ਹੈਗੀ, ਕਿਉਂਕਿ ਉੱਥੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਣੀਆਂ ਨੇ ਜਿਹੜਾ ਕਿ ਸਾਡੇ ਕੋਲ ਡਾਟਾ ਉਹ ਨਹੀਂ ਹੈਗਾ। ਜੇ ਆਪਣੇ ਕੋਲ ਉਹ ਡਾਟਾ ਹੁੰਦਾ ਤਾਂ ਆਪਾਂ ਦੱਸ ਦਿੰਦੇ, ਠੀਕ ਹੈ? ਉਹ ਡਾਟਾ ਸਿਰਫ ਜਿਹੜਾ ਬੋਰਡ ਹੈਗਾ ਇਹ ਭਰਤੀ ਕਲੈਕਟ ਕਰਨ ਵਾਲਾ ਉਹਨਾਂ ਕੋਲ ਹੀ ਆ ਵੀ ਕਿੰਨੇ ਬੱਚਿਆਂ ਨੇ ਟ੍ਰਾਇਲ ਜਿਹੜਾ ਕੰਪਲੀਟ ਕੀਤਾ, ਕਿੰਨੇ ਬੱਚਿਆਂ ਨੇ, ਠੀਕ ਆ ਦੋਸਤੋ, ਆਪਣੇ ਕਿਹੜੇ ਕਿਹੜੇ ਕੈਟਾਗਰੀ ਦੇ ਵਿੱਚ ਰੱਖਣੇ ਨੇ, ਇਹ ਸਾਰੀਆਂ ਚੀਜ਼ਾਂ ਨੂੰ ਹੀ ਆਪਣੇ ਦਿਮਾਗ ਦੇ ਵਿੱਚ ਉਹ ਰੱਖਦੇ ਹੋਏ ਫਿਰ ਹੀ ਇੱਕ ਮੈਰਿਟ ਲਿਸਟ ਤਿਆਰ ਕੀਤੀ ਜਾਊਗੀ। ਇਸ ਲਈ ਅਸੀਂ ਕੋਈ ਵੀ ਝੂਠ ਨਹੀਂ ਬੋਲਣਾ ਚਾਹੁੰਦੇ, ਕੋਈ ਗਲਤ ਖਬਰ ਤੁਹਾਨੂੰ ਦੇਣਾ ਨਹੀਂ ਚਾਹੁੰਦੇ, ਠੀਕ ਆ ਦੋਸਤੋ? ਅਸੀਂ ਕੋਸ਼ਿਸ਼ ਕੀਤੀ ਆ ਹਮੇਸ਼ਾ ਹੀ ਵੀ ਜਿਹੜੀ ਸਹੀ ਅਤੇ ਸਟੀਕ ਜਾਣਕਾਰੀ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ। ਫੇਕ ਵਿਊਜ਼ ਲੈਣ ਵਾਸਤੇ ਜਾਂ ਫਿਰ ਐਵੇਂ ਕੋਈ ਵੀਡੀਓ ਬਣਾ ਦਈ ਉਹਦਾ ਕੋਈ ਫਾਇਦਾ ਨਹੀਂ ਦੋਸਤੋ, ਕਿਉਂਕਿ ਜਿਹੜਾ ਇਹ ਸਾਰਾ ਡਾਟਾ ਉਹ ਡਾਟਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਇਹ ਮੈਰਿਟ ਲਿਸਟ ਆ ਜਿਹੜੀ ਤਿਆਰ ਕੀਤੀ ਜਾਊਗੀ। ਦੋਸਤੋ ਆਪਣੇ ਜਿਹੜਾ ਰਿਟਨ ਐਗਜ਼ਾਮ ਹੋਇਆ ਸੀਗਾ ਉਸ ਦੇ ਬੇਸ 'ਤੇ ਅਤੇ ਆਪਣਾ ਜਿਹੜੀਆਂ ਅੱਗੇ ਹੁਣ ਕੈਟਾਗਰੀਜ਼ ਨੇ ਉਹਦੇ ਬੇਸ 'ਤੇ ਹੀ ਇਹ ਮੈਰਿਟ ਲਿਸਟ ਆ ਜਿਹੜੀ ਤਿਆਰ ਕੀਤੀ ਜਾਊਗੀ। ਇਹ ਸਾਰਾ ਡਾਟਾ ਜਿਹੜਾ ਦੋਸਤੋ ਉਹਨਾਂ ਕੋਲ ਹੈਗਾ, ਉਹ ਜਲਦੀ ਹੀ ਮੈਰਿਟ ਲਿਸਟ ਆ ਜਿਹੜੀ ਉਹ ਰਿਲੀਜ਼ ਕਰ ਦੇਣਗੇ। ਦੋਸਤੋ ਜੇ ਤੁਹਾਨੂੰ ਕੋਈ ਕਹਿੰਦਾ ਵੀ ਆ ਵੀ ਇੱਥੋਂ ਮੈਰਿਟ ਜਾਊਗੀ ਜਾਂ ਇੱਥੋਂ ਜਾਊਗੀ, ਇਹ ਸਾਰੀਆਂ ਆਪਾਂ ਪਹਿਲਾਂ ਦੇ ਆਪ ਸਿੱਧ ਹੋ ਚੁੱਕਿਆ ਕੰਮ। ਦੋਸਤੋ ਅਸੀਂ ਖੁਦ ਵੀ ਅਨੁਮਾਨ ਲਗਾਏ ਸੀਗੇ ਵੀ 50-55 ਦੀ ਜਿਹੜੀ ਮੈਰਿਟ ਲਿਸਟ ਬਣੂਗੀ ਜਦੋਂ ਫਿਜ਼ੀਕਲ ਜਿਨ੍ਹਾਂ ਦੇ ਹੋਣੇ ਨੇਗੇ, ਪਰ ਦੋਸਤੋ ਜਿਹੜੀ ਅਸਲੀ ਆਪਣੇ ਕੋਲ ਮੈਰਿਟ ਲਿਸਟ ਆਈ ਉਹਦੇ ਉਹ ਹੈਰਾਨ ਕਰਨ ਵਾਲੀ ਸੀ, ਕਿਉਂਕਿ 75+ ਮੈਰਿਟ ਲਿਸਟਾਂ ਨੇ ਜਿਹੜੀਆਂ ਉਹ ਬਣੀਆਂ ਨੇਗੀਆਂ। ਤਾਂ ਇਸ ਵਾਰ ਆਪਾਂ ਕੋਈ ਵੀ ਅਨੁਮਾਨ ਨਹੀਂ ਲਾਉਣਾ ਚਾਹੁੰਦੇ, ਕੋਈ ਤੁਹਾਨੂੰ ਝੂਠੀ ਤਸੱਲੀ ਨਹੀਂ ਦੇਣਾ ਚਾਹੁੰਦੇ, ਇਸ ਲਈ ਆਪਦਾ ਇੰਤਜ਼ਾਰ ਕਰੋ ਸਭ ਤੋਂ ਬੈਟਰ ਹੈਗਾ। ਜੇ ਤੁਹਾਨੂੰ ਕੋਈ ਕਹਿੰਦਾ ਵੀ ਆ ਵੀ ਇੱਥੋਂ ਮੈਰਿਟ ਲਿਸਟ ਜਾਊਗੀ ਤਾਂ ਕਿਸੇ 'ਤੇ ਕੋਈ ਯਕੀਨ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ ਦੋਸਤੋ? ਦੋਸਤੋ ਉਮੀਦ ਕਰਦੇ ਹਾਂ ਵੀ ਜਿਹੜੀ ਜਾਣਕਾਰੀ ਆ ਤੁਹਾਨੂੰ ਵਧੀਆ ਲੱਗੀ ਹੋਊਗੀ, ਠੀਕ ਹੈ? ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਜਿਹੜੀਆਂ ਸਹੀ ਅਤੇ ਸਟੀਕ ਜਾਣਕਾਰੀ ਵੀਡੀਓਜ਼ ਨੇ ਅਸੀਂ ਲੈ ਕੇ ਆਉਂਦੇ ਰਹਿੰਦੇ ਹਾਂ। ਮਿਲਦੇ ਹਾਂ ਦੋਸਤੋ ਕਿਸੇ ਅਗਲੀ ਵੀਡੀਓ ਦੇ ਨਾਲ, ਧੰਨਵਾਦ।